ਕੈਨੇਡੀਅਨ ਕਮਿਆਦੀ ਗਿਣਤੀ ਘਟਣ ਕਾਰਨ ਫਸ ਸਕਦੇ ਨੇ ਪੰਜਾਬ ਦੇ ਹਜ਼ਾਰਾਂ ਵਿਜ਼ੇ ਚੰਡੀਗੜ੍ਹ ਦੇ ਵਿੱਚ ਮੈਨੂਅਲ ਕੰਮ ਹੋਇਆ ਬੰਦ ਜੀ ਹਾਂ ਕੈਨੇਡਾ ਤੇ ਭਾਰਤ ਵਿਚਾਲੇ ਵਿਵਾਦ ਕਾਰਨ ਕੈਨੇਡਾ ਦੇ ਵੱਲੋਂ ਆਪਣੇ 41 ਡਿਪਲੋਮੈਟਾ ਨੂੰ ਵਾਪਸ ਬੁਲਾਉਣ ਦੇ ਬਾਅਦ ਪੰਜਾਬ ਦੇ ਹਜ਼ਾਰਾਂ ਵਿਜ਼ੇ ਪਹੁੰਚ ਸਕਦੇ ਨੇ ਆਖਰ ਕੀ ਆ ਪੂਰਾ ਕਾਰਨ ਆਓ ਜਾਣਦੇ ਆ ਅੱਜ ਦੇ ਇਸ ਵੀਡੀਓ ਦੇ ਮਾਧਮ ਦਰਾਹੀਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਜੇਕਰ ਤੁਹਾਡੇ ਵੀ ਕਿਸੇ دوست ਮਿੱਤਰ ਜਾਂ ਫਿਰ ਰਿਸ਼ਤੇਦਾਰ ਨੇ ਕੋਈ ਵੀਜ਼ਾ ਲਗਵਾਇਆ ਤਾਂ ਉਸ ਤੱਕ ਵੀ ਇਹ ਵੀਡੀਓ ਜ਼ਰੂਰ ਪਹੁੰਚਾਦੇ ਜਾਣਾ ਤਾਂ ਇਹ ਉਸ ਨੂੰ ਵੀ ਸੂਚਿਤ ਕਰ ਦੇਣਾ ਦੱਸਦੀ ਹੈ ਕਿ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਦਾ ਖਮਿਆਜ਼ਾ ਭੋਗਤਣਾ ਪੈ ਸਕਦਾ ਹੈ ਪੰਜਾਬ ਤੋਂ ਹਰ ਸਾਲ ਲਗਭਗ ਪੌਣੇ 2 ਲੱਖ ਲੋਕ ਕੈਨੇਡਾ ਦੇ ਵਿੱਚ ਸਟੱਡੀ ਤੇ ਟੂਰਿਸਟ ਵੀਜ਼ੇ ਦੇ ذریعے ਬਾਹਰ ਜਾਂਦੇ ਨੇ ਹੁਣ ਚੰਡੀਗੜ੍ਹ ਦਫ਼ਤਰ ਦੇ ਵਿੱਚ ਮੈਨੂਅਲ ਵੀਜ਼ਾ ਦਾ ਕੰਮ ਬੰਦ ਕਰ ਦਿੱਤਾ ਗਿਆ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ ਤੇ ਪੈਗਾ ਦੱਸਦੇ ਕਿ ਭਾਰਤ ਦੇ ਵਿੱਚ ਆਪਣੇ ਕਾਮਿਆਂ ਦੀ ਗਿਣਤੀ ਘਟ ਕਰਨ ਦੇ ਕੈਨੇਡਾ ਦੇ ਕਦਮ ਦੇ ਬਾਅਦ ਹਜ਼ਾਰਾਂ ਮਾਪੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਜੋ ਆਪਣੇ ਬੱਚਿਆਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਹਨ। ਕਪੂਰਥਲਾ ਸਥਿਤ ਵੀਜ਼ਾ ਕੰਸਲਟੈਂਟ ਦਲਜੀਤ ਸਿੰਘ ਸੰਧੂ ਨੇ ਇਸ ਮਾਮਲੇ ਤੇ ਗੱਲ ਕਰਦਿਆਂ ਕਿਹਾ ਕਿ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦੇ ਵਿੱਚ ਦੇਰੀ ਹੋਣ ਵਾਲੀ ਹੈ। ਪ੍ਰੋਸੈਸਿੰਗ ਦਾ ਕੰਮ ਜ਼ਿਆਦਾ ਹੋ ਸਕਦਾ ਹੈ। ਤੇ ਇਸ ਦੇ ਵਿੱਚੋਂ ਹੁਣ ਲਗਭਗ 3 ਮਹੀਨੇ ਲੱਗ ਸਕਦੇ ਨੇ ਆਮ ਤੌਰ ਤੇ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਦੇ ਵਿੱਚ ਲਗਭਗ 1 ਮਹੀਨੇ ਦਾ ਸਮਾਂ ਲੱਗਦਾ ਹੈ ਵਿਦਿਆਰਥੀ ਹੁਣ ਯੂਕੇ ਦੇ ਵਿੱਚ ਪੜ੍ਹਾਈ ਵਰਗੇ ਹੋਰ ਬਦਲ ਲੱਭ ਸਕਦੇ ਨੇ ਦੱਸ ਦਈਏ ਕਿ ਇੱਕ ਇੱਕ ਹੋਰ ਸਲਾਹਕਾਰ ਮੁਤਾਬਕ ਕਈ ਸੰਭਾਵਿਤ ਜੋ ਵਿਦਿਆਰਥੀਆਂ ਦੇ ਮਾਪੇ ਦੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਇਹ ਕਈ ਸੋਸ਼ਲ ਮੀਡੀਆ ਪੋਸਟ ਦੇ ਬਾਅਦ ਆਪਣੇ ਬੱਚਾ ਨੂੰ ਕੈਨੇਡਾ ਭੇਜਣ ਨੂੰ ਲੈ ਕੇ ਡਰ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਦੇਸ਼ ਵਿੱਚ ਕੋਈ ਨੌکریاں ਨਹੀਂ ਹਨ ਸੋ ਦੱਸ ਦਈਏ ਕਿ ਉਸ ਦੇਸ਼ ਦੇ ਵਿੱਚ ਕੋਈ ਨੌکریاں ਨਹੀਂ ਹਨ ਐਸੋਸੀਏਸ਼ਨ ਆਫ ਅ ਸਟਡੀ ਅਬਰਾਜ ਦੇ ਸਾਬਕਾ ਪ੍ਰਧਾਨ ਸੁਕਾੰਤ ਤ੍ਰिवेदी ਦਾ ਇਸ ਮਾਮਲੇ ਤੇ ਗੱਲ ਕਰਦੇ ਆ ਉਹਨਾਂ ਕਿਹਾ ਕਿ ਕੈਨੇਡਾ ਪੰਜਾਬ ਦੇ ਨੌਜਵਾਨਾਂ ਦੇ ਵਿੱਚੋਂ ਉੱਥੋਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਦੇ ਲਈ ਸਭ ਤੋਂ ਜ਼ਿਆਦਾ ਮੰਗ ਵਾਲਾ ਦੇਸ਼ ਹੈ ਹਰ ਸਾਲ ਪੜ੍ਹਾਈ ਦੇ ਲਈ ਪੰਜਾਬ ਤੋਂ ਹਜ਼ਾਰਾਂ ਕਰੋੜ ਦੇ ਖਰਚ ਹੁੰਦੇ ਹਨ 70000 ਕਰੋੜ ਦਾ ਖਰਚ ਹੁੰਦਾ ਹੈ 2022 ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਰਨਾਰਥੀ ਤੇ ਇਨਾਂ ਜਿਹੜੇ ਨਾਗਰਿਕਤਾ ਕਨੇਡਾ ਤਹਿਤ ਕਨੇਡਾ ਦੇ ਵੱਲੋਂ 2,26,450 ਵੀਜ਼ਾ ਨੂੰ ਮਨਜ਼ੂਰੀ ਮਿਲੀ ਸੀ ਇਹਨਾਂ ਦੇ ਵਿੱਚ ਪੰਜਾਬ ਤੋਂ ਪੜ੍ਹਾਈ ਦੇ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕੁੱਲ 1.36 ਲੱਖ ਸੀ ਫਿਲਹਾਲ ਕਨੇਡਾ ਦੇ ਵਿੱਚ 3.4 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਨੇ ਇਹਨਾਂ ਸਾਰਿਆਂ ਨੂੰ ਵੀਜ਼ਾ ਚੰਡੀਗੜ੍ਹ ਦਫ਼ਤਰ ਤੋਂ ਹੀ ਮਿਲ ਜਾਂਦਾ ਸੀ ਸੋ ਹੁਣ ਜਿੱਥੇ ਇੱਕ ਪਾਸੇ ਕੈਨੇਡਾ ਨੇ ਆਪਣੀਆਂ ਵੀਜ਼ਾ ਸੇਵਾਵਾਂ ਪੰਜਾਬ ਦੇ ਵਿੱਚੋਂ ਬੰਦ ਕਰ ਦਿੱਤੀਆਂ ਚੰਡੀਗੜ੍ਹ ਦੇ ਵਿੱਚ ਬੰਦ ਕਰ ਦਿੱਤੀਆਂ ਨੇ ਉੱਥੇ ਹੀ ਹੁਣ ਮਾੜੀ ਖਬਰ ਜੋ ਹੈ ਕੈਨੇਡਾ ਕਾਮਯਾਦੀ ਗਿਣਤੀ ਘਟਣ ਕਾਰਨ ਫਸ ਸਕਦੇ ਨੇ ਪੰਜਾਬ ਦੇ ਹਜ਼ਾਰਾਂ ਵੀਜ਼ੇ